ਘਰ ਦੇ ਵਿੱਚ ਆਰਾਮ ਦੇ ਨਾਲ ਸੁੱਤੇ ਪਏ ਪਰਿਵਾਰ ਦੇ ਨਾਲ ਇੱਕ ਮੰਦਭਾਗਾ ਪਹਾੜਾ ਵਾਪਰਿਆ ਹੈ, ਜਿਸ ਦੇ ਵਿੱਚ ਆਰਾਮ ਨਾਲ ਸੁੱਤੇ ਪਏ ਪਰਿਵਾਰ 'ਤੇ ਘਰ ਦੀ ਛੱਤ ਆ ਡਿੱਗਦੀ ਹੈ, ਜਿਸ ਦੇ ਨਾਲ ਪੂਰਾ ਪਰਿਵਾਰ ਜ਼ਖਮੀ ਦੱਸਿਆ ਜਾ ਰਿਹਾ ਅਤੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਤਰਨ ਤਾਰਨ ਦੇ ਮੁਹੱਲਾ ਨਾਨਕਸਰ ਦੇ ਵਿੱਚ ਇਹ ਜਿਹੜੀ ਘਟਨਾ ਉਹ ਵਾਪਰਦੀ ਹੈ, ਜਿੱਥੇ ਸਵੇਰ ਦੇ ਕਰੀਬ 4 ਵਜੇ ਜਦੋਂ ਇਹ ਪਰਿਵਾਰ ਆਰਾਮ ਦੇ ਨਾਲ ਸੁੱਤਾ ਪਿਆ ਸੀ, ਆਪਣੀ ਨੀਂਦ ਜਿਹੜੀ ਹੈ ਉਹ ਲੈ ਰਿਹਾ ਸੀ, ਤਾਂ ਅਚਾਨਕ ਘਰ ਦੀ ਛੱਟ ਡਿੱਗਦੀ ਹੈ, ਜਿਸ ਦੇ ਨਾਲ ਪੂਰਾ ਪਰਿਵਾਰ ਜ਼ਖਮੀ ਹੈ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੇ ਮੌਸਮ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ, ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਸਦੇ ਚੱਲਦੇ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ। ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਘਰ ਦੀ ਛੱਤ ਦੀ ਹਾਲਤ ਜਿਹੜੀ ਹੈ ਉਹ ਕਾਫੀ ਜ਼ਿਆਦਾ ਖਸਤਾ ਸੀ, ਜਿਸ ਦੇ ਕਾਰਨ ਬਾਰਿਸ਼ਾਂ ਦੇ ਕਾਰਨ ਇਹ ਛੱਤ ਜਿਹੜੀ ਹੈ ਉਹ ਡਿੱਗ ਜਾਂਦੀ ਹੈ, ਪੂਰਾ ਪਰਿਵਾਰ ਜਿਹੜਾ ਉਹ ਜ਼ਖਮੀ ਹੈ। ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਛੱਤ ਦੇ ਡਿੱਗਣ ਦੇ ਨਾਲ ਜਿਹੜਾ ਪਰਿਵਾਰ ਜ਼ਖਮੀ ਹੋਇਆ ਸੀ ਉਹਨਾਂ ਨੂੰ ਮਲਬੇ ਹੇਠੋਂ ਕੱਢਿਆ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ। ਅਤੇ ਉੱਥੇ ਪਿੰਡ ਵਾਸੀਆਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪਰਿਵਾਰ ਦੀ ਸਰਕਾਰ ਦੇ ਵੱਲੋਂ ਮਦਦ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਇਹ ਪਰਿਵਾਰ ਪਹਿਲਾਂ ਹੀ ਕਾਫੀ ਜ਼ਿਆਦਾ ਤੰਗੀਆਂ ਦਾ ਸਾਹਮਣਾ ਕਰ ਰਿਹਾ ਸੀ, ਅਤੇ ਉਸ ਤੋਂ ਬਾਅਦ ਹੁਣ ਛੱਤ ਦੇ ਡਿੱਗਣ ਦੇ ਨਾਲ ਇਸ ਪਰਿਵਾਰ 'ਤੇ ਵੀ ਦੁੱਖਾਂ ਦਾ ਪਹਾੜ ਡਿੱਗ ਚੁੱਕਿਆ। ਅਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਸ ਪਰਿਵਾਰ ਦੇ ਲਈ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਇੱਕ ਗਰੀਬ ਪਰਿਵਾਰ ਜੋ ਕਿ ਰਾਤ ਨੂੰ ਘਰ ਦੇ ਵਿੱਚ ਸੁੱਤਾ ਪਿਆ ਸੀ ਅਤੇ ਸਵੇਰੇ ਕਰੀਬ 4 ਵਜੇ ਉਹਨਾਂ ਦੇ ਘਰ ਦੀ ਛੱਤ ਡਿੱਗਦੀ ਹੈ, ਜਿਸ ਦੇ ਕਾਰਨ ਪੂਰਾ ਪਰਿਵਾਰ ਜ਼ਖਮੀ ਹੋਇਆ ਹੈ। ਇਸ ਤਰ੍ਹਾਂ ਮਤਲਬ ਮਾਤਾ ਜੀ ਰੌਲਾ ਪਾਉਂਦੇ ਪਏ ਸੀ ਅਤੇ ਮੈਂ ਭੱਜ ਕੇ ਬਾਹਰ ਨਿਕਲੀ ਹਾਂ। ਕਿੰਨੇ ਵਜੇ ਟਾਈਮ ਸੀ ਇਹ? ਮਤਲਬ ਕੋਈ 4 ਵਜੇ ਦਾ ਟਾਈਮ ਸੀ। ਅੱਛਾ ਜੀ। ਹਾਂਜੀ, ਮੈਂ ਫਿਰ ਸਾਰਿਆਂ ਨੂੰ ਉਠਾਇਆ ਹੋਇਆ ਆਪਣੇ ਲਾਗੇ ਭੈਣ ਭਰਾਵਾਂ ਨੂੰ, ਫਿਰ ਮੈਂ ਅੰਦਰ ਆਈ ਹਾਂ, ਵੇਖਿਆ ਫਿਰ ਮੈਂ ਉੱਚੀ ਉੱਚੀ ਬੱਚਿਆਂ ਨੂੰ ਉਠਾਇਆ ਉਹਨਾਂ ਨੂੰ। ਹਾਂਜੀ, ਤਾਂ ਸਾਰੇ ਥੱਲੇ ਆਏ ਹੋਏ ਸੀ, ਬਹੁਤ ਬੁਰੀ ਹਾਲਤ ਇਹਨਾਂ ਦੀ ਹੋਈ। ਕਿਸ ਤਰ੍ਹਾਂ ਦੀ ਕੰਡੀਸ਼ਨ ਸੀ ਜਦੋਂ ਤੁਸੀਂ ਦੇਖਿਆ? ਬਹੁਤ ਬੁਰਾ ਹਾਲ ਸੀ, ਬਹੁਤ ਬੁਰਾ ਹਾਲ ਸੀ ਇਹਨਾਂ ਦਾ। ਹਾਂਜੀ, ਇਹ ਤੇ ਰਾਤ ਜਿਹੜੇ ਆਪਾਂ ਮੁੰਡਾ ਮੇਰਾ ਬਾਹਰ ਆਇਆ, ਇਹਨੇ ਵੇਖਿਆ ਆਂਦਾ ਬਾਹਰ ਰੋਣ ਡੇ, ਪਤਾ ਨਹੀਂ ਵੇਖੀਏ ਜਾ ਕੇ ਕੀ ਹੋਇਆ। ਇਹਦੇ ਪਾਪਾ ਨੂੰ ਮੈਂ ਮਗਰ ਘਲਾਇਆ ਵਾ, ਤੇ ਕੁੜੀ ਸਾਡੀ ਦੋਤੀ ਨੇ ਰੌਲਾ ਪਾਇਆ, ਦਵਾ ਦਾ ਮੁਹੱਲੇ ਵਾਲਿਆਂ ਨੂੰ ਸੱਦਿਆ, ਇਹਨਾਂ ਨੂੰ ਆਣ ਕੇ ਥੱਲਿਓਂ ਕੱਢਿਆ। ਬਹੁਤ ਬੁਰਾ ਹਾਲ ਉਹਨਾਂ ਦਾ ਚਵਰਿਆਂ ਦਾ, ਕਿਤੇ ਆਪ ਚਵਰਾ ਲੱਤੋਂ ਆ ਰਹੀ ਹੈ, ਚੂਲੇ ਤੋਂ ਆ ਰਹੀ, ਉਹ ਕੋਈ ਕੰਮ ਕਾਰ ਨਹੀਂ ਹੁੰਦਾ, ਪੈਸਾ ਝੇਲਣ ਇਹਨੂੰ ਮਿਲਦਾ। ਬਹੁਤ ਗਰੀਬ ਆਦਮੀ ਬੰਦੇ ਆ, ਸਾਰੇ ਬਹੁਤ ਦਾਖਲ ਕਰਾਏ ਜਾ ਕੇ। ਪੈਸੇ ਮਨਜ਼ੂਰ ਹੋਏ ਸੀ, ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ, ਪੈਸੇ ਨਾ ਮਿਲਣ ਦਾ ਕਰਕੇ ਲੈਂਟਰ ਡਿੱਗ ਪਿਆ ਵਿਚਾਰਿਆਂ ਦਾ, ਜਿਹੜਾ ਮਰ ਚੰਗਾ ਸੀ, ਅਤੇ ਰੋਟੀ ਮਸਾਂ ਹੀ ਮਰ ਕੇ ਕਮਾਉਂਦੇ ਸੀ ਅਤੇ ਖਾਂਦੇ ਵਿਚਾਰਨੇ ਕਿਹੜੇ ਬੱਚੇ। ਬਹੁਤ ਹੀ ਹਾਲਤ ਇਹਨਾਂ ਦੀ ਮਾੜੀ ਹੈਗੀ ਆ, ਇਹਨਾਂ ਦੀ ਜਿੰਨੀ ਵੀ ਸਹੂਲਤ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਸਹੂਲਤ। ਇਹ ਗਰੀਬ ਪਰਿਵਾਰ ਵਾ, ਇਹ ਪੰਜ ਦਿਨ ਥੱਲੇ ਆ ਗਏ, ਸਾਰੇ ਗਰੀਬ ਪਰਿਵਾਰ ਰੋਟੀ ਮਾਂ ਖਾਂਦੇ ਕਮਾ ਗਿਆ ਆਪਣੀ, ਇਹਨਾਂ ਦੀ ਸਹਾਇਤਾ ਕੀਤੀ ਜਾਵੇ। ਇਹਨਾਂ ਦੇ ਪੈਸੇ ਵੀ ਆਏ ਸਰਕਾਰ ਵੱਲੋਂ 2 ਲੱਖ ਰੁਪਈਆ, ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ, ਉਹ ਵੀ ਦਿੱਤੇ ਡੀ ਜਾਂਦੇ ਇਹਨਾਂ ਸਰਕਾਰ ਕੋਲੋਂ, ਕਹਿੰਦੇ ਢਾਓ ਢਾਓ ਢਹਿ ਗਿਆ, ਹੁਣ ਸਰਕਾਰ ਪੈਸੇ ਪਾ ਕੇ ਦੇਵੇ ਇਹਨਾਂ ਨੂੰ। ਅਤੇ ਤੁਹਾਡੇ ਹਸਪਤਾਲ ਦਾਖਲ ਪਏ ਆ ਅੰਮ੍ਰਿਤਸਰ ਲੈ ਗਏ ਇਹਨਾਂ ਨੂੰ, ਨਾ ਉਹਨਾਂ ਪੈਸਾ ਧੇਲਾ ਕੋਈ, ਉੱਥੇ ਤਾਂ ਇਲਾਜ ਕੀਤਾ ਜਾਵੇ। ਮਦਦ ਕੀਤੀ ਆ ਗਰੀਬ ਗਰਵੀਰ ਪਰਿਵਾਰ ਦੀ ਸਾਰਿਆਂ ਦੀ।